ਸਾਤਰਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਟੀਵੀ ਮੈਂ ਹਾਂ ਬਰਨ ਕੌਰ ਮਾਨ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬਲਟਨ ਦੇ ਸਪான்ਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਜੀ ਮਾ ਰੀਅਲ ਏਸਟੇਟ ਦੀ ਦੁਨੀਆ ਚ ਮਨੀਆ ਪ੍ਰਿਮਨੀਆ ਨਾਮ ਪੇਸ਼ ਨੇ ਪਹਿਲਾਂ ਝੂਣ ਵਿਆ ਖਬਰਾਂ ਕੈਨੇਡਾ ਅਮਰੀਕਾ ਤੇ ਯੂਰਪ ਵਿੱਚ ਸੋਮਵਾਰ ਨੂੰ ਰੱਦ ਹੋਈਆਂ 2800 ਫਲਾਈਟਸ ਯੂਐਸ ਵਿੱਚ ਓਮਿਕਰੋਨ ਦਾ ਕਹਿਰ ਕੈਲੀਫੋਰਨੀਆ ਵਿੱਚ ਕਰੋਨਾ ਦੇ ਮਾਮਲੇ 50 ਲੱਖ ਤੋਂ ਪਾਰ ਅਮਰੀਕਾ ਵਿੱਚ ਕਰੋਨਾ ਪੋਜ਼ਿਟਿਵ ਲੋਕਾਂ ਲਈ ਇਕਾਂਤ ਵਾਸ ਦਾ ਸਮਾਂ ਕਟਾ ਕੇ 5 ਦਿਨ ਕੀਤਾ ਗਿਆ ਅਲਕ ਗਰੁੱਪ ਮੇਅਰ ਬੌਬੀ ਸਿੰਘ ਗਾਲਨ ਲਈ ਕੀਤਾ ਗਿਆ ਫੰਡਰੇISING ਡੈਨਵਰ ਖੇਤਰ ਵਿੱਚ ਗੋਲੀਆਂ ਮਾਰ ਕੇ 5 ਦੀ ਹੱਤਿਆ ਪੁਲਿਸ ਅਧਿਕਾਰੀ ਸਮੇਤ 2 ਜ਼ਖਮੀ ਹਮਲਾਵਾਰ ਵੀ ਗਿਆ ਮਾਰਿਆ ਫਲੋਰੀਡਾ ਵਿੱਚ ਵਾਹਨ ਦੀ ਲਪੇਟ ਵਿੱਚ ਆ ਕੇ 2 ਬੱਚਿਆਂ ਦੀ ਮੌਤ 4 ਜ਼ਖਮੀ ਫਲੋਰੀਡਾ ਦੇ ਇੱਕ ਸਟੋਰ ਵਿੱਚ 10 ਲੱਖ ਡਾਲਰ ਮੁੱਲ ਦੇ ਕੀਮਤੀ ਹੈਂਡਬੈਗਸ ਹੋਏ ਚੋਰੀ ਅਮਰੀਕਾ ਚ ਪ੍ਰਵਾਸੀ ਅਫਗਾਨ ਸ਼ਰਨਾਰਥੀਆਂ ਦਾ ਕਰ ਰਹੇ ਸਵਾਗਤ ਆਪਣੀ ਯਾਤਰਾ ਤੋਂ ਦਿਖੇ ਪ੍ਰੇਰਿਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਮੌਸਮ ਦੀ ਖਰਾਬੀ ਅਤੇ ਕਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਕਰਕੇ ਸੋਮਵਾਰ ਨੂੰ ਕੈਨੇਡਾ ਅਮਰੀਕਾ ਤੇ ਯੂਰਪ ਵਿੱਚ 2800 ਤੋਂ ਵੱਧ ਫਲਾਈਟਸ ਰੱਦ ਕਰਨੀਆਂ ਪਈਆਂ ਜਦਕਿ 11000 ਫਲਾਈਟਸ ਸਮੇਤੇ ਰਵਾਨਾ ਨਹੀਂ ਹੋ ਸਕੀਆਂ ਇਕੱਲੇ ਅਮਰੀਕਾ ਨਾਲ ਸੰਬੰਧਿਤ 1000 ਫਲਾਈਟਸ ਰੱਦ ਹੋਣ ਦੀ ਰਿਪੋਰਟ ਹੈ ਜਦਕਿ ਕੈਨੇਡੀਅਨ 에ਅਰਲਾਈਨਸ ਨੇ ਦਾਅਵਾ ਕੀਤਾ ਹੈ ਕਿ ਫਲਾਈਟਸ ਰੱਦ ਹੋਣ ਵਿੱਚ ਓਮਿਕਰੋਨ ਦਾ ਬਹੁਤ ਯੋਗਦਾਨ ਨਹੀਂ ਹੈ ਅਤੇ ਸਿਰਫ ਮੌਸਮੀ ਖਰਾਬੀ ਹੀ ਅੜਿੱਕਾ ਬਣ ਰਿਹਾ ਹੈ ਫਲਾਈਟਸ ਰੱਦ ਹੋਣ ਦਾ ਸਿਲਸਲਾ ਅਜੇਹੇ ਸਮੇਂ ਸਾਹਮਣੇ ਆਇਆ ਜਦੋਂ 23 ਦਸੰਬਰ ਨੂੰ ਹਵਾਈ ਸਫ਼ਰ ਕਰਨ ਵਾਲੇ ਮੁਸਾਫਰਾਂ ਦਾ ਅੰਕੜਾ 22 ਲੱਖ ਤੋਂ ਟੱਪ ਗਿਆ ਇਹ ਗਿਣਤੀ 2019 ਦੇ ਮੁਕਾਬਲੇ ਕਿਤੇ ਜ਼ਿਆਦਾ ਵੰਦੀ ਹੈ ਜਦੋਂ ਮਹਾਮਾਰੀ ਬਾਰੇ ਕਿਸੇ ਨੂੰ ਚੇਤਾ ਵੀ ਨਹੀਂ ਸੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਕਰੋਨਾ ਵਾਇਰਸ ਸੰਕਰਮਣ ਦੇ ਮਾਮਲੇ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਨੇ ਸੰਕਰਮਣ ਦੇ ਸਭ ਤੋਂ ਜਾਣੇ ਪਛਾਣੇ ਮਾਮਲਿਆਂ ਵਾਲਾ ਇਹ ਪਹਿਲਾ ਸੂਬਾ ਬਣ ਗਿਆ ਹੈ ਸਰਕਾਰੀ ਅੰਕੜਿਆਂ ਵਿੱਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੀ ਰਿਪੋਰਟ ਮੁਤਾਬਕ ਸੂਬੇ 'ਚ ਸੰਕਰਮਣ ਦਾ ਪਹਿਲਾ ਮਾਮਲਾ 25 ਜਨਵਰੀ 2020 ਨੂੰ ਸਾਹਮਣੇ ਆਇਆ ਸੀ ਇਸ ਦੇ ਠੀਕ 292 ਦਿਨ ਬਾਅਦ ਉਸੇ ਸਾਲ 11 ਨਵੰਬਰ ਨੂੰ ਸੰਕਰਮਣ ਦੇ ਮਾਮਲੇ ਵੱਧ ਕੇ 10 ਲੱਖ ਹੋ ਗਏ ਸਨ ਇਸ ਦੇ ਬਾਅਦ 44 ਦਿਨ ਵਿੱਚ ਸੂਬੇ ਵਿੱਚ ਸੰਕਰਮਣ ਦੇ ਮਾਮਲੇ 20 ਲੱਖ ਤੋਂ ਜ਼ਿਆਦਾ ਹੋ ਗਏ ਸੂਬੇ ਵਿੱਚ ਸੰਕਰਮਣ ਨਾਲ 75500 ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਮਾਰਿਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕੈਲੀਫੋਰਨੀਆ ਨੂੰ ਦੇਸ਼ ਦੇ ਜ਼ਿਆਦਾਤਰ ਖੇਤਰਾਂ ਨਾਲ ਵਾਇਰਸ ਦੇ ਉੱਚ ਪ੍ਰਸਾਰ ਵਾਲੇ ਖੇਤਰ ਦੀ ਸੂਚੀ ਵਿੱਚ ਪਾਇਆ ਹੈ ਇਸ ਦੌਰਾਨ ਸੂਬੇ ਵਿੱਚ ਸੰਕਰਮਣਤਾ ਦੇ ਹਸਪਤਾਲ ਚ ਦਾਖਲ ਹੋਣ ਦੇ ਮਾਮਲੇ ਹੌਲੀ-ਹੌਲੀ ਵਧ ਰਹੇ ਨੇ ਪਿਛਲੇ 7 ਦਿਨਾਂ ਵਿੱਚ ਹਸਪਤਾਲਾਂ ਵਿੱਚ ਦਾਖਲ ਹੋਣ ਦੇ ਮਾਮਲੇ 12% ਤੱਕ ਵਧ ਗਏ ਇਸ ਦੌਰਾਨ 4401 ਲੋਕ ਹਸਪਤਾਲਾਂ ਵਿੱਚ ਦਾਖਲ ਹੋਏ ਇਨ੍ਹਾਂ ਮਾਮਲਿਆਂ ਵਿੱਚ ਅਜੇ ਇਹ ਸਪਸ਼ਟ ਨਹੀਂ ਹੈ ਕਿ ਨਾਲ ਵਿੱਚ ਨਵੇਂ ਵੇਰੀਐਂਟ ਓਮਿਕਰੋਨ ਦੇ ਕਿੰਨੇ ਮਾਮਲੇ ਹਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਰੋਨਾ ਪੋਜ਼ਿਟਿਵ ਲੋਕਾਂ ਲਈ ਇਕਾਂਤ ਵਾਸਤਾ ਸਮਾਂ ਘਟਾ ਦਿੱਤਾ ਹੈ ਤੇ ਉਸਨੇ ਸਿਫਾਰਿਸ਼ ਕੀਤੀ ਹੈ ਕਿ ਇਕਾਂਤ ਵਾਸਤਾ ਸਮਾਂ 10 ਦਿਨ ਤੋਂ ਘਟਾ ਕੇ 5 ਦਿਨ ਕਰ ਦਿੱਤਾ ਚਾਏ ਇਸੇ ਤਰਜ਼ ਤੇ ਸਿਹਤ ਅਧਿਕਾਰੀਆਂ ਨੇ ਪੋਜ਼ਿਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਲਈ ਵੀ ਇਕਾਂਤ ਵਾਸਤਾ ਸਮਾਂ ਘਟਾ ਕੇ 5 ਦਿਨ ਕਰ ਦਿੱਤਾ ਹੈ ਇਹ ਤਬਦੀਲੀਆਂ ਓਮਿਕਰੋਨ ਵਾਇਰਸ ਦੇ ਮਾਮਲੇ ਵਧਣ ਤੇ ਹਸਪਤਾਲ 에ਅਰਲਾਈਨਾਂ ਤੇ ਕਾਰੋਬਾਰੀ ਅਦਾਰਿਆਂ ਵਿੱਚ ਸਟਾਫ ਦੀ ਕਾਟ ਪ੍ਰਤੀ ਪ੍ਰਗਟਾਈ ਜਾ ਰਹੀ ਚਿੰਤਾ ਦਰਮਿਆਨ ਕੀਤੀਆਂ ਗਈਆਂ ਨੇ ਖੋਜ ਵਿੱਚ ਕਿਹਾ ਗਿਆ ਹੈ ਕਿ ਓਮਿਕਰੋਨ ਜੋ ਤੇਜ਼ੀ ਨਾਲ ਫੈਲਦਾ ਹੈ ਨਾਲ ਹਲਕੀ ਬਿਮਾਰੀ ਹੁੰਦੀ ਹੈ ਸੀਡੀਸੀ ਦੇ ਮੁਖੀ ਰੌਚਲ ਵਾਲੈਂਸਕੀ ਨੇ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ ਉਹਨਾਂ ਸਬੂਤਾਂ ਦੇ ਆਧਾਰ ਤੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕ ਲੱਛਣ ਵਿਕਸਿਤ ਹੋਣ ਤੋਂ 2 ਦਿਨ ਪਹਿਲਾਂ ਤੇ 3 ਦਿਨ ਬਾਅਦ ਆਪਣੇ ਆਪ ਨੂੰ ਠੀਕ ਮਹਿਸੂਸ ਨਹੀਂ ਕਰਦੇ ਉਹਨਾਂ ਨੇ ਵੀ ਕਿਹਾ ਕਿ ਓਮਿਕਰੋਨ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਸੀ ਇਸ ਕੱਲ ਨੂੰ ਯਕੀਨ ਨੇ ਬਣਾਉਣਾ ਚਾਹੁੰਦੇ ਆ ਕਿ ਇੱਕ ਅਜਿਹੀ ਵਿਵਸਥਾ ਹੋਵੇ ਜਿਸ ਦੁਆਰਾ ਵਿਗਿਆਨਕ ਤੌਰ ਤੇ ਸਮਾਜ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਸਿੱਖ ਪਾਇਚਾਰੇ ਨਾਲ ਸੰਬੰਧਿਤ ਟਿਲਕ ਗਰੁੱਪ ਦੇ ਮੇਅਰ ਬੌਬੀ ਸਿੰਘ ਐਲਨ ਨੇ ਇੱਕ ਫੰਡ ਰੇジング ਦਾ ਆਯੋਜਨ ਕੀਤਾ ਗਿਆ ਇਸ ਵਿੱਚ ਵੱਖ-ਵੱਖ ਪਾਇਚਾਰੇ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਦੌਰਾਨ ਕਾਉਂਸਲ ਮੈਂਬਰ ਡੈਰੇਨ ਸਿਊਨ ਸੀਐਸਟੀ ਡਾਇਰੈਕਟਰ ਰਾਡ ਬਰਾਡ ਸਾਬਕਾ ਮੇਅਰ ਗੈਰੀ ਡੇਵਿਸ ਕਾਉਂਸਲ ਮੈਂਬਰ ਵਾਈਕੇ ਚਾਲਮ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਪਾਵਨ پارک ਜਿੰਕੀ ਟੋਲਰ ਅਤੇ ਇੰਟਰਫੇਸ ਤੋਂ ਅਕਰਮ ਕੇਵਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ ਇਸ ਮੌਕੇ ਬੋਲਦਿਆਂ ਮੇਅਰ ਪੱਬੀ ਸਿੰਘ ਆਲਨ ਨੇ ਸਮੂਹ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦਾ ਸਹਿਯੋਗ ਦੇਣ ਦੀ ਉਮੀਦ ਚ ਹੈ ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਥਿਸ ਇਜ਼ ਐਲਕਰ ਮੇਅਰ ਬੌਬੀ ਸਿੰਘ ਐਲਨ ਬਹੁਤ ਖੁਸ਼ੀ ਹੋਈ ਹੈ ਕਿ ਸਾਡੀ ਕਮਿਊਨਿਟੀ ਸਾਡੀ ਐਲਕਰੋਫਿਕ ਕਮਿਊਨਿਟੀ ਸਾਡੇ ਅਸੀਂ ਸਾਰੇ ਇਕੱਠੇ ਹੋਏ ਹੈਗੇ ਹਾਂ ਹੋਣ ਹੈ ਕਿ ਆ ਮੇਰੀ 1 ਇਅਰ ਐਨਿਵਰਸਰੀ ਜਦੋਂ ਮੈਂ ਇਲੈਕਟ ਹੋਈ ਸੀ ਕਿ ਮੇਅਰ ਪਰ ਤੇ ਸਾਰੇ ਅੰਦਰ ਸਪੋਰਟ ਤੇ ਆਲ ਸੋ ਹੁਣ ਅਗਲੀ ਸਾਲ ਸਾਡੀ ਵੀ ਇਲੈਕਸ਼ਨ ਹੈਗੀ ਆ ਫੇਰ ਤੁਹਾਨੂੰ ਮੈਨੂੰ ਲੋਰਡ ਹੈਗੀ ਆ ਤੁਹਾਡੀ ਸਪੋਰਟ ਲਈ ਸੋ ਤੁਹਾਡੀ ਬੇਨਤੀ ਕਰਦੀ ਹਾਂ ਮੈਨੂੰ ਦੁਬਾਰਾ ਸਪੋਰਟ ਕਰਿਓ ਤਾਂ ਬਹੁਤ ਖੁਸ਼ੀ ਹੈਗੀ ਆ ਸਾਰੇ ਸਾਰੇ ਅਸੀਂ ਇੱਥੇ ਇਕੱਠੇ ਹੋ ਕੇ 1 ਇਅਰ ਐਨਿਵਰਸਰੀ ਇਕੱਠੇ ਮਿਲ ਕੇ ਸੈਲੀਬ੍ਰੇਟ ਕਰ ਰਹੇ ਆ ਰੱਬ ਦੀ ਕਿਰਪਾ ਦੇ ਨਾਲ ਅਸੀਂ ਰੀ-ਇਲੈਕਟ ਹੋ ਮਗਿਆ థాంਕ ਯੂ ਬਹੁਤ ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਹੋਈ ਗੋਲਾਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਮਰਨ ਵਾਲਿਆਂ ਵਿੱਚ ਗੋਲੀਬਾਰੀ ਕਰਨ ਵਾਲਾ ਛੱਕੀ ਵੀ ਸ਼ਾਮਲ ਹੈ ਪੁਲਿਸ ਦਾ ਮੰਨਣਾ ਹੈ ਕਿ ਛੱਕੀ ਨੇ ਡੈਨਵਰ ਅਤੇ ਲੇਕਵੁੱਡ ਕੋਲੋਰਾਡੋ ਵਿੱਚ ਘੱਟ ਤੋਂ ਘੱਟ 7 ਅਲੱਗ-ਅਲੱਗ ਥਾਵਾਂ ਤੇ ਗੋਲਾਬਾਰੀ ਕੀਤੀ ਹੈ ਡੈਨਵਰ ਦਾ ਪੁਲਿਸ ਮੁਖੀ ਪਾਲ ਪਾਸਦੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੋਲਾਬਾਰੀ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 5 ਵਜੇ ਕੋਲੋਰਾਡੋ ਦੀ ਰਾਜਧਾਨੀ ਡੈਨਵਰ ਵਿੱਚ ਫਰਸਟ ਐਵੈਨਿਊ ਅਤੇ ਵੌਡਵੇ ਵਿੱਚ ਸ਼ੁਰੂ ਹੋਈ ਇਸ ਘਟਨਾ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਉਹਨਾਂ ਨੇ ਕਿਹਾ ਕਿ ਗੋਲਾਬਾਰੀ ਦੀ ਪਹਿਲੀ ਘਟਨਾ ਦੇ ਤੁਰੰਤ ਬਾਅਦ ਵਾਰਵੀ ਐਵੇਨਿਊ ਅਤੇ ਵਿਲੀਅਮਸ ਸਟਰੀਟ ਤੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡੈਨਵਰ ਪੁਲਿਸ ਵੱਲੋਂ ਸ਼ੱਕੀ ਗੱਡੀ ਦੇਖੇ ਜਾਣ ਤੋਂ ਬਾਅਦ ਪਿੱਛਾ ਸ਼ੁਰੂ ਕੀਤਾ ਗਿਆ। ਪੁਲਿਸ ਦੇ ਨਾਲ ਗੋਲਾਬਾਰੀ ਤੋਂ ਬਾਅਦ ਸ਼ੱਕੀ ਡੈਨਵਰ ਦੇ ਪੱਛਮ ਵਿੱਚ ਸਥਿਤ ਲੇਕਵੁੱਡ ਪੁੱਜ ਗਿਆ। ਲੇਕਵੁੱਡ ਪੁਲਿਸ ਦੇ ਜਨ ਸੂਚਨਾ ਅਧਿਕਾਰੀ ਜਾਨ ਰੇ ਮੋਰੋ ਨੇ ਕਿਹਾ ਕਿ ਲੇਕਵੁੱਡ ਪੁਲਿਸ ਵਿਭਾਗ ਦੇ ਅਫਸਰਾਂ ਨੇ ਸ਼ੱਕੀ ਦੀ ਕਾਰਤੀ ਪਛਾਣ ਕੀਤੀ ਹੈ ਰਿਮੋਰੋ ਨੇ ਕਿਹਾ ਕਿ ਸ਼ੱਕੀ ਨੇ ਪੁਲਿਸ ਕਰਮੀਆਂ ਤੇ ਗੋਲੀਆਂ ਚਲਾਈਆਂ ਫਿਰ ਉੱਥੋਂ ਪੈਦਲ ਹੀ ਭੱਜ ਗਿਆ ਇਸ ਤੋਂ ਬਾਅਦ ਸ਼ੱਕੀ ਇੱਕ ਹੋਟਲ ਵਿੱਚ ਭੱਜ ਗਿਆ ਅਤੇ ਇੱਕ ਕਲਰਕ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਦੇ ਨਾਲ ਮੁਠਭੇੜ ਵਿੱਚ ਮਾਰਿਆ ਗਿਆ ਡੈਨਵਰ ਖੇਤਰ ਵਿੱਚ ਇੱਕ ਵਿਅਕਤੀ ਵੱਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਗੋਲਾਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ 3 ਮ੍ਰਿਤਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਵਿੱਚ ਅਲੀਸੀਆ ਕਾਂਡਜ਼, ਡੈਨੀਸ਼ ਆਫਫੀਲਡ ਤੇ ਸਾਰਾ ਸਟੈਕ ਸ਼ਾਮਲ ਨੇ। ਸਟੈਕ ਹਾਇਟ ਹੋਟਲ ਵਿੱਚ ਕਲਰਕ ਸੀ। ਪੁਲਿਸ ਨੇ ਮਾਰੇ ਗਏ 2 ਵਿਅਕਤੀਆਂ ਦੇ ਨਾਂ ਜਾਰੀ ਨਹੀਂ ਕੀਤੇ। ਬਾਅਦ ਵਿੱਚ ਪੁਲਿਸ ਨਾਲ ਹੋਈ ਝੜਪ ਵਿੱਚ 47 ਸਾਲਾ ਹਮਲਾਵਾਰ ਲਿੰਡਜ਼ ਜੇਮਸ ਮੈਕਲਿਊਡ ਵੀ ਮਾਰਿਆ ਗਿਆ। ਗੋਲਾਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ ਦੋ ਲੋਕ ਜ਼ਖਮੀ ਵੀ ਹੋਏ ਜਿਨ੍ਹਾਂ ਦੀ ਹਾਲਤ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਇਹ ਜਾਣਕਾਰੀ ਡੈਨਵਰ ਤੇ ਲੇਕਵੁੱਡ ਪੁਲਿਸ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ ਡੈਨਵਰ ਦੇ ਪੁਲਿਸ ਮੁਖੀ ਪਾਲ ਪੀਨਜ਼ ਨੇ ਕਿਹਾ ਕਿ ਲੜੀਵਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੱਖ-ਵੱਖ ਥਾਵਾਂ ਤੇ ਵਾਪਰੀਆਂ ਤੇ ਆਖਰ ਲੇਕਵੁੱਡ ਨੇੜੇ ਸਮਾਪਤ ਹੋਈਆਂ ਜਿੱਥੇ ਹਮਲਾਵਾਰ ਪੁਲਿਸ ਹੱਥੋਂ ਮਾਰਿਆ ਗਿਆ ਦੱਖਣੀ ਫਲੋਰੀਡਾ ਵਿੱਚ ਬੌਰਵਰਡ ਕਾਉਂਟੀ ਵਿੱਚ ਇੱਕ ਵਾਹਨ ਦੀ ਲਪੇਟ ਵਿੱਚ ਆ ਕੇ ਦੋ ਬੱਚਿਆਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਬਟਾਲੀਅਨ ਮੁਖੀ ਸਟੀਫਨ ਗੋਲਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਬੱਚਿਆਂ ਦੀ ਉਮਰ 1 ਸਾਲ ਤੋਂ ਲੈ ਕੇ 10 ਸਾਲ ਤੱਕ ਹੈ। ਉਹਨਾਂ ਨੇ ਦੱਸਿਆ ਕਿ ਕੁਝ ਬੱਚੇ ਗੰਭੀਰ ਹਾਲਾਤ ਵਿੱਚ ਨੇ। ਗੋਲਨ ਨੇ ਘਟਨਾ ਨੂੰ ਬਹੁਤ ਹੀ ਦੁਖਦਾਈ ਕਾਰਨ ਦੰਦਿਆਂ ਕਿਹਾ ਕਿ ਡਰਾਈਵਰ ਵਾਹਨ ਨੂੰ ਮੌਕੇ ਤੋਂ ਭਜਾ ਕੇ ਲੈ ਗਿਆ। ਬੌਰਵਰਡ ਕਾਉਂਟੀ ਸ਼ੈਰਫ ਦਫ਼ਤਰ ਦੇ ਬੁਲਾਰੇ ਬੀਬੀ ਮਰਾਂਡਾ ਗ੍ਰਾਸਮੈਨ ਨੇ ਕਿਹਾ ਕਿ ਵਾਹਨ ਨੇ ਰਿਹਾਇਸ਼ੀ ਖੇਤਰ ਵਿੱਚ ਬੱਚਿਆਂ ਨੂੰ ਕੁਚਲਿਆ ਹੈ। ਹਾਸੇ ਵਾਲੀ ਥਾਂ ਨੇੜੇ ਘਰਾਂ ਦੇ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਡੋਰਬੈਲ ਕੈਮਰੇਆਂ ਨੂੰ ਵੇਖਣ ਤਾਂ ਜੋ ਡਰਾਈਵਰ ਤੇ ਵਾਹਨ ਬਾਰੇ ਕੋਈ ਸੁਰਾਗ ਮਿਲ ਸਕੇ। ਉਹਨਾਂ ਨੇ ਕਿਹਾ ਕਿ ਅਧਿਕਾਰੀ ਘਟਨਾ ਵਾਪਰਨ ਦੇ ਹਾਲਾਤ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਨੇ। ਫਲੋਰੀਡਾ ਦੇ ਇੱਕ ਲਗਜ਼ਰੀ ਬੋਟਿਕ ਸਟੋਰ ਵਿੱਚ ਕੀਮਤੀ ਹੱਥ ਥੈਲੇ ਚੋਰੀ ਹੋਣ ਦੀ ਖਬਰ ਹੈ, ਜਾਨਕਿ ਹੈਂਡ ਬੈਗਸ ਚੋਰੀ ਹੋਣ ਦੀ। ਪਾਮ ਬੀਚ ਸਥਿਤ ਓਨਲੀ ਆਥੈਂਟਿਕਸ ਬoutique ਦੇ ਮਾਲਕ ਵਰਗਿਲ ਨੇ ਦੱਸਿਆ ਕਿ ਚੋਰਾਂ ਨੇ ਰਾਤ ਵੇਲੇ ਖਿੜਕੀ ਭੰਨ ਕੇ ਹੱਥ ਥੈਲੇ ਚੋਰੀ ਕੀਤੇ ਜਿਨ੍ਹਾਂ ਦੀ ਕੀਮਤ ਤਕਰੀਬਨ 10 ਲੱਖ ਡਾਲਰ ਬਣਦੀ ਹੈ ਇੱਕ ਮੁਲਾਜ਼ਮ ਨੇ ਦੱਸਿਆ ਕਿ ਇਸ ਸਟੋਰ ਵਿੱਚ ਹਰਮਸ ਤੇ ਚੈਨਲ ਹੱਥ ਥੈਲੇ ਗਹਿਣੇ ਤੇ ਹੋਰ ਸਮਾਨ ਦੀ ਵਿਕਰੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਓਨਲੀ ਔਥੈਂਟਿਕਸ ਬੋਤੀਕ ਹਰਮਸ ਚੈਨਲ ਹੈਂਡਬੈਗਸ ਦਾ ਇੱਕੋ ਇੱਕ ਪ੍ਰੋਸੇਮਤ ਡੀਲਰ ਹੈ 8 ਬਰਕਨ ਜਤੇ 5 ਕੈਲੀਸ ਹੈਂਡਬੈਗ ਚੋਰੀ ਹੋਏ ਨੇ ਇਹਨਾਂ ਵਿੱਚ ਸਭ ਤੋਂ ਵੱਧ ਕੀਮਤੀ ਕੈਲੀ ਦਾ 99000 ਡਾਲਰ ਤੇ ਬਰਕਨ ਦਾ 110000 ਡਾਲਰ ਦਾ ਹੈਂਡਬੈਗ ਹੈ ਫਰਮ ਫਾਰਮ ਜਦੋਂ ਅਮਰੀਕਾ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੀ ਹੈ ਤਾਂ ਰੋਣ ਲੱਗ ਜਾਂਦੀ ਹੈ ਕਿਉਂਕਿ ਉਹ ਇਸ ਕੱਲ ਨੂੰ ਵੀ ਯਾਦ ਕਰਕੇ ਖੁਸ਼ ਹੋ ਜਾਂਦੀ ਹੈ ਕਿ ਜਦੋਂ 22 ਸਾਲ ਦੀ ਉਮਰ ਵਿੱਚ ਵਿਅਰਤ ਨਾਮੀ ਸ਼ਰਨਾਰਥੀ ਦੇ ਤੌਰ ਤੇ ਇੱਥੇ ਆਈ ਸੀ ਤਾਂ ਇੱਕ ਨਰਸ ਨੇ ਨਾ ਸਿਰਫ ਉਸ ਨਾਲ ਉਸਦੀ ਮਾਂ ਬੋਲੀ ਵਿੱਚ ਗੱਲ ਕੀਤੀ ਬਲਕਿ ਇੱਥੇ ਪਹੁੰਚਣ ਤੇ ਹੋਣ ਵਾਲੀ ਡਾਕਟਰੀ ਜਾਂਚ ਲਈ ਉਸਤਾ ਮਾਰਕ ਦਰਸ਼ਨ ਵੀ ਕੀਤਾ ਤਕਰੀਬਨ 3 ਦਿਹਾਕਿਆਂ ਬਾਅਦ ਕੈਲੀਫੋਰਨੀਆ ਦੇ ਸੈਨ ਜੋਸ ਦੇ ਉਸੇ ਕਲੀਨਿਕ ਵਿੱਚ ਲਗਭਗ 3 ਦਿਹਾਕਿਆਂ ਬਾਅਦ ਇੱਕ ਨਰਸ ਵਜੋਂ ਰਜਿਸਟਰ ਹੋਈ ਫਾਰਮ ਨੂੰ ਉਮੀਦ ਹੈ ਕਿ ਉਹ ਉਹੀ ਆਰਾਮ ਪ੍ਰਦਾਨ ਕਰ ਸਕੇਗੀ ਜਿੱਥੇ ਉਹਨਾਂ ਦੇ ਪਰਿਵਾਰ ਦਾ ਇਲਾਜ ਕੀਤਾ ਗਿਆ ਕੈਲੀਫੋਰਨੀਆ ਦੇ ਸੰਟਾ ਕਲਾਰਾ ਵੈਲੀ ਮੈਡੀਕਲ ਸੈਂਟਰ ਵਿਖੇ ਟੀਵੀ ਅਤੇ ਸ਼ਰਨਾਰਥੀ ਕਲੀਨਿਕ ਵਿੱਚ ਅਫਗਾਨਿਸਤਾਨ ਤੋਂ ਆਏ ਉਹਨਾਂ ਲੋਕਾਂ ਦੀ ਜਾਂਚ ਕਰ ਰਿਹਾ ਹੈ ਜੋ ਇਸ ਸਾਲ ਅਗਸਤ ਵਿੱਚ ਅਫਗਾਨਿਸਤਾਨ 'ਚ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਇੱਥੇ ਸ਼ਰਨ ਚਾਉਂਦੇ ਹਨ ਫਾਰਮ ਫਾਰਸੀ ਜਾਂ ਪਸ਼ਤੋ ਨਹੀਂ ਬੋਲ ਸਕਦੀ ਪਰ ਉਹ ਨੌਕਰੀ ਜਾਂ ਕਿਰਾਏ ਲਈ ਮਕਾਨ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਤਣਾਅ ਨੂੰ ਘਟ ਕਰਨ ਦੀ ਕੋਸ਼ਿਸ਼ ਕਰਦੀ ਹੈ ਇੱਕ ਦਿਨ ਉਸ ਨੂੰ ਇੱਕ ਬਜ਼ੁਰਗ ਅਫਗਾਨ ਔਰਤ ਨੂੰ ਆਪਣੇ ਹੱਥ ਨਾਲ ਦਿਲਾਸਾ ਦਿੰਦੇ ਹੋਏ ਦੇਖਿਆ ਗਿਆ ਜਦੋਂ ਉਹ ਰੋ ਰਹੀ ਸੀ ਉਸਨੇ ਕਿਹਾ ਮੈਂ ਦੁਨੀਆ ਭਰ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਦੇਖ ਸਕਦੀ ਹਾਂ ਮੈਂ ਦੇਖਦੀ ਹਾਂ ਤੁਸੀਂ ਜਾਣਦੇ ਹੋ ਵੀਅਤਨਾਮੀ ਮਰੀਜ਼ ਮੈਂ ਕਿਸ਼ਰਨਾਰਥੀ ਮਰੀਜ਼ਾਂ ਨੂੰ ਵੇਖਦੀ ਹਾਂ ਮੈਂ ਆਪਣੇ ਆਪ ਨੂੰ ਉਹਨਾਂ 'ਚ ਪਾਉਂਦੀ ਹਾਂ ਟੀਬੀ ਅਤੇ ਸ਼ਰਨਾਰਥੀ ਕਲੀਨਿਕ ਸਤੰਬਰ 2022 ਤੱਕ ਲਗਭਗ 1 ਲੱਖ ਅਫਗਾਨ ਸ਼ਰਨਾਰਥੀਆਂ ਨੂੰ ਬਸਾਉਣ ਵਿੱਚ ਰਾਸ਼ਟਰਪਤੀ ਜੋ ਵਾਈਡਨ ਦੀ ਯੋਜਨਾ ਤੇ ਕੰਮ ਕਰਨ ਵਾਲੀ ਇੱਕ ਵਿਸ਼ਾਲ ਚੈਰੀਟੇਬਲ ਸਰਕਾਰੀ ਸੰਸਥਾ ਨਾਲ ਕੰਮ ਕਰ ਰਹੀ ਹੈ ਅਮਰੀਕੇ ਫੌਜੀ ਟਿਕਾਣਿਆਂ ਤੋਂ ਲਗਭਗ 48000 ਸ਼ਰਨਾਰਥੀ ਅਮਰੀਕਾ ਪਹੁੰਚੇ ਨੇ ਜਿਨ੍ਹਾਂ ਚੋਂ 4000 ਤੋਂ ਬਾਅਦ ਕੈਲੀਫੋਰਨੀਆ ਵਿੱਚ ਮੁੜ ਵਸੇ ਨੇ ਜਹਾਨਾਜ਼ ਅਫਸਾਰ ਜੋ ਹਸਪਤਾਲ 'ਚ ਦੁਭਾਸ਼ੀਏ ਵਜੋਂ ਕੰਮ ਕਰਦੀ ਹੈ ਹਸਪੀਟਲ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਫਾਰਸੀ ਬੋਲਣ ਵਾਲੇ ਲੋਕਾਂ ਦਾ ਸਵਾਗਤ ਕਰਦੀ ਹੈ ਉਹ ਸਾਲ 2004 ਵਿੱਚ ਈਰਾਨ ਤੋਂ ਆਈ ਸੀ ਉਹ ਲੋਕਾਂ ਨੂੰ ਅਮਰੀਕੀ ਨਾਗਰਿਕਾਂ ਦੀਆਂ ਆਦਤਾਂ ਅਤੇ ਸੱਭਿਆਚਾਰ ਬਾਰੇ ਦੱਸਦੀ ਹੈ ਅਤੇ ਸ਼ਰਨਾਰਥੀਆਂ ਨੂੰ ਬੱਸਾਂ ਪਬਲਿਕ ਲਾਇਬ੍ਰੇਰੀਆਂ ਆਦਿ ਬਾਰੇ ਜਾਣਕਾਰੀ ਦਿੰਦੀ ਹੈ। ਬਿੱਟੇ ਦਿਨ ਨਿਊ ਜਰਸੀ ਸੂਬੇ ਦੇ ਕਸ਼ੀਨੋ ਸਿਟੀ ਦੇ ਨਾਮ ਨਾਲ ਜਾਣੇ ਜਾਂਦੇ ਅਟਲੈਂਟਿਕ ਸਿਟੀ ਵਿਖੇ ਇੱਕ Honda Car ਨੇ ਟੋਲ ਨੂੰ ਟੱਕਰ ਮਾਰ ਦਿੱਤੀ ਜਿਸ ਮਗਰੋਂ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ ਇਸ ਘਟਨਾ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦੀ ਗੱਡੀ ਅਟਲੈਂਟਿਕ ਸਿਟੀ ਐਕਸਪ੍ਰੈਸ ਵੇ ਤੇ ਇੱਕ ਟੋਲ ਬੂਥ ਨਾਲ ਟਕਰਾ ਗਈ ਸੀ ਇਹ ਹਾਦਸਾ ਰਾਤ 9 ਵਜੇ ਤੋਂ ਬਾਅਦ ਐਟਲੈਂਟਿਕ ਸਿਟੀ ਦੇ ਹੈਮਿਲਟਨ ਟਾਊਨਸ਼ਿਪ ਵਿੱਚ ਐਗਜ਼ਿਸਟ 17 ਦੇ ਨੇੜੇ ਹਾਰਬਰ ਟੋਲ ਪਲਾਜ਼ਾ ਟਾਊਨ ਵੇਖੇ ਐਕਸਪ੍ਰੈਸ ਵੇ ਤੇ ਵਾਪਰਿਆ ਨਿਊ ਜਰਸੀ ਰਾਜ ਪੁਲਿਸ ਦਾ ਕਹਿਣਾ ਹੈ ਕਿ ਇੱਕ Honda ਕਾਰ ਨੇ ਟੋਲ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਇਸ ਮਗਰੋਂ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ ਹੈ ਕਾਰ ਦਾ ਡਰਾਈਵਰ ਮੈਂਚੈਸਟਰ ਨਿਊ ਹੈਮਪਸ਼ਾਇਰ ਦਾ ਰਹਿਣ ਵਾਲਾ ਸੀ ਮ੍ਰਿਤਕਾਂ ਵਿੱਚ 31 ਸਾਲਾ ਰਿਸ਼ਤਨ ਟੋਨੀ ਖੀਵ ਮੈਂਚੈਸਟਰ ਨਿਊ ਹੈਮਪਸ਼ਾਇਰ ਦਾ 20 ਸਾਲਾਂ ਦੀ ਜਨੀ ਕੀ ਬਟ ਤੇ 14 ਸਾਲਾਂ ਖੋਤੀ ਪੀ ਸ਼ਾਮਲ ਹੈ ਇਸ ਸਾਰੇ ਮੌਕੇ ਤੇ ਮਾਰੇ ਗਏ ਸਨ ਇੱਕ ਚੌਥਾ ਯਾਤਰੀ ਜੋ ਪਿਛਲੀ ਸੀਟ ਤੇ ਬੈਠੇ ਇੱਕ 12 ਸਾਲਾਂ ਦੀ ਕੁੜੀ ਸੀ ਨੂੰ ਗੈਰ ਜਾਨ ਖਤਰੇ ਵਾਲੀਆਂ ਸੱਟਾਂ ਦੇ ਨਾਲ ਸਥਾਨਕ ਹਸਪਤਾਲ ਵਿੱਚ ਲਜਾਇਆ ਗਿਆ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਇੱਕੋ ਪਰਿਵਾਰ ਦੇ ਭੈਣ ਭਰਾ ਹੀ ਸਨ Ontario 8800 ਤੋਂ ਵੱਧ ਨਵੇਂ COVID-19 ਕੇਸਾਂ ਅਤੇ 7 ਹੋਰ ਮੌਤਾਂ ਦੀ ਰਿਪੋਰਟ ਕਰ ਰਿਹਾ ਕਿਉਂਕਿ Omicron variant ਤੇਜ਼ੀ ਨਾਲ ਫੈਲਦਾ ਜਾ ਰਿਹਾ ਜਿਸ ਨਾਲ ਸੂਬੇ ਭਾਰ ਵਿੱਚ ਟੈਸਟਿੰਗ ਬੈਕਲੌਗ ਹੋ ਰਹੇ ਨੇ ਪਬਲਿਕ ਹੈਲਥ Ontario ਦੇ ਮਹਾਮਾਰੀ ਵਿਗਿਆਨ ਦੇ ਸੰਖੇਪ ਦੇ ਅਨੁਸਾਰ ਸੂਬਾਈ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ 8825 ਨਵੇਂ ਕੋਰੋਨਾ ਵਾਇਰਸ ਕੇਸ ਦਰਜ ਕੀਤੇ ਜਦੋਂ ਕਿ ਖਫਤਾ ਪਹਿਲਾਂ 3453 ਤਾਜ਼ਾ ਅੰਕੜੇ ਪਿਛਲੇ ਹਫਤੇ ਰਿਕਾਰਡ ਤੋੜ ਕੇਸਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਸੋਮਵਾਰ ਨੂੰ 9418 ਨਵੇਂ ਕੇਸ ਦਰਜ ਕੀਤੇ ਗਏ ਨੇ ਐਤਵਾਰ ਨੂੰ 9826 ਅਤੇ ਸ਼ਨੀਵਾਰ ਨੂੰ ਰਿਕਾਰਡ 10412 ਕੇਸ ਦਰਜ ਕੀਤੇ ਗਏ ਨੇ ਕੈਸਟਨ ਦੇ 7 ਦਿਨਾਂ ਦੀ ਰੋਲਿੰਗ ਔਸਤਨ ਹੁਣ ਤੱਕ 8318 ਤੱਕ ਪਹੁੰਚ ਗਈ ਹੈ ਜੋ ਕਿ ਖਫਤੇ ਪਹਿਲਾਂ ਦਰਜ ਕੀਤੀ ਗਈ ਔਸਤ ਨਾਲੋਂ ਧੂਕਣੀ ਹੈ ਪਬਲਿਕ ਹੈਲਥ অন্ਟਾਰੀਓ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਵਾਇਰਸ ਨਾਲ 7 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 10168 ਹੋ ਗਈ ਹੈ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਕੱਲ 2763 ਕੇਸਾਂ ਦੇ ਮੁਕਾਬਲੇ 2797 ਨਵੇਂ ਕੇਸ ਲੌਕ ਕੀਤੇ ਗਏ ਇਕ 88 ਸਾਲਾ ਬਜ਼ੁਰਗ ਜੋ ਪਿਛਲੇ 70 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਕਾਲਜ ਦੀ ਡਿਗਰੀ ਲਈ ਕੋਸ਼ਿਸ਼ ਕਰ ਰਿਹਾ ਸੀ। ਨਿਆਖਰਕਰ ਗ੍ਰੈਜੂਏਸ਼ਨ ਕਰ ਲਈਏ ਅਤੇ ਉਹਨਾਂ ਨੇ ਆਪਣੇ 23 ਸਾਲਾ ਪੋਤੀ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ। ਅਮਰੀਕਾ ਦੇ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ਦੇ ਰਹਿਣ ਵਾਲੇ ਰੀਨੇ ਨੀਰਾ ਨੇ 1950 ਵਿੱਚ ਕਾਲਜ ਵਿੱਚ ਦਾਖਲਾ ਲਿਆ ਸੀ ਪਰ ਉਹਨਾਂ ਨੂੰ ਪਰਿਵਾਰ ਦੀ ਦੇਖਭਾਲ ਲਈ ਕਾਲਜ ਪੰਦ ਕਰਨਾ ਪਿਆ। ਹਾਲਾਂਕਿ ਹਮੇਸ਼ਾ ਤੋਂ ਹੀ ਉਹਨਾਂ ਦਾ ਸੁਪਨਾ ਸੀ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ। ਦੁਬਈ ਵਿੱਚ ਕੁਝ ਨਵੇਂ ਨਿਯਮ ਬਣਾਏ ਗਏ ਨੇ ਜਿਨ੍ਹਾਂ ਦੀ ਉਲੰਘਣਾ ਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ ਇਹ ਨਿਯਮ ਖਾਸ ਤੌਰ ਤੇ ਦੁਬਈ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਲਈ ਜਾਣਨੇ ਬੇਹੱਦ ਜ਼ਰੂਰੀ ਨੇ ਕਿਉਂਕਿ ਭਾਰਤ ਵਿੱਚ ਇਹ ਚੀਜ਼ਾਂ ਬੇਹੱਦ ਆਮ ਨੇ ਉਦਾਹਰਣ ਦੇ ਲਈ ਦੁਬਈ ਵਿੱਚ ਹੁਣ ਬਾਲਕਨੀ ਵਿੱਚ ਤੁਸੀਂ ਆਪਣੇ ਕੱਪੜੇ ਸੁਕਾ ਨਹੀਂ ਸਕਦੇ ਹੋ ਕੱਪੜੇ ਸੁਕਾਉਣ ਦੀ ਮਨਾਹੀ ਹੋਏਗੀ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਦੇ ਫਾਈਨ ਲੱਗੇਗਾ ਜਦਕਿ ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੇ ਕਪੜੇ ਬਾਲਕਨੀ ਵਿੱਚ ਸੁਕਾਉਂਦੇ ਨੇ ਐਨਾ ਨਹੀਂ ਹੁਣ ਜੇਕਰ ਬਾਲਕਨੀ ਵਿੱਚ ਸਿਗਰਟ ਪੀਣ ਦੌਰਾਨ ਉਹਨਾਂ ਦੀ ਰਾਖ ਥੱਲੇ ਡਿੱਗਦੀ ਹੈ ਤਾਂ ਇਸਤੇ ਲਈ ਵੀ ਜੁਰਮਾਨਾ ਦੇਣਾ ਪੈ ਸਕਦਾ ਹੈ ਦੁਬਈ ਨਗਰ ਪਾਲਿਕਾ ਨੇ ਇਹ ਕਦਮ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਮਕਸਦ ਨਾਲ ਚੁੱਕਿਆ ਹੈ ਸੋਮਵਾਰ ਨੂੰ ਇੱਕ ਟਵੀਟ ਵਿੱਚ ਦੁਬਈ ਨਗਰ ਪਾਲਿਕਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬਾਲਕਨੀ ਦਾ ਗਲਤ ਇਸਤੇਮਾਲ ਨਾ ਕਰਨ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਜਿਹਾ ਕੁਝ ਨਾ ਕਰਨ ਜਿਸ ਨਾਲ ਉਹਨਾਂ ਦੀ ਬਾਲਕਨੀ ਬੁਰੀ ਦਿਖੇ ਨਵੇਂ ਨਿਯਮਾਂ ਮੁਤਾਬਕ ਬਾਲਕਨੀ 'ਚ ਖਿੜਕੀ ਤੇ ਕੱਪੜੇ ਸੁੱਕਣੇ ਪਾਉਣ ਬਾਲਕਨੀ ਤੋਂ ਸਿਗਰਟ ਦੀ ਰਾਖ ਝਾੜਨ ਬਾਲਕਨੀ ਤੋਂ ਕੋੜਾ ਸੁੱਟਣ ਬਾਲਕਨੀ ਪੌਦੇ ਸਮੇਂ ਪਾਣੀ ਥੱਲੇ ਡਿਗਣ ਜਾਂ ਇਸ ਤੋਂ ਪਾਣੀ ਟਪਕਣ ਬਾਲਕਨੀ ਵਿੱਚ ਚਿੜੀਆਂ ਨੂੰ ਤਾਣਾ ਪਾਉਣਾ ਕਿਉਂਕਿ ਇਹ ਗੰਦਗੀ ਫੈਲਾਉਂਦੇ ਨੇ ਅਤੇ ਬਾਲਕਨੀ ਵਿੱਚ ਕਿਸੇ ਤਰ੍ਹਾਂ ਦਾ ਐਂਟੀਨਾ ਲਗਾਉਣ ਤੇ ਜ਼ੁਰਮ ਦੇਣਾ ਪੈਗਾ ਇਹ ਨਿਯਮ ਸਿਰਫ ਕਾਗਜ਼ਾਂ ਤੇ ਨਹੀਂ ਬਣਾਏ ਗਏ ਹਨ ਬਲਕਿ ਇਹਨਾਂ ਨੂੰ ਤੋੜਨ ਤੇ ਜ਼ੁਰਮਾਨਾ ਵੀ ਦੇਣਾ ਪੈ ਸਕਦਾ ਹੈ ਖਬਰਾਂ ਮੁਤਾਬਕ ਨਿਯਮਾਂ ਨੂੰ ਤੋੜਨ ਤੇ 500 ਤੋਂ 15000 ਦਹਿਰਮ ਜਾਨੀ ਕਿ 10000 ਤੋਂ 30000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ ਯੂਏਈ ਦੀ ਕਮਾਈ ਦਾ ਮੁੱਖ ਖੇਤਰ ਸੈਰ ਸਪਾਟਾ ਹੈ ਤੇ ਸਲਾਨੀਆਂ ਨੂੰ ਲਪਾਉਣ ਲਈ ਸਰਕਾਰ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੀ ਰਹਿੰਦੀ ਹੈ ਇਹੀ ਕਾਰਨ ਹੈ ਕਿ ਯੂਏਈ ਵਿੱਚ ਸਫਾਈ ਨੂੰ ਲੈ ਕੇ ਸਖਤ ਨਿਯਮ ਲਾਗੂ ਨੇ ਤਾਂ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਲਾਨੀਆਂ ਦੇ ਸਾਹਮਣੇ ਦੇਸ਼ ਦਾ ਵਧੀਆ ਅਕਸ ਬਣ ਸਕੇ ਬ੍ਰਿਟਿਸ਼ 에ਅਰਵੇਜ਼ ਦੇ ਇੱਕ ਜਹਾਜ਼ ਵਿੱਚ ਸਵਾਰ 200 ਲੋਕਾਂ ਦੀ ਜਾਨ ਉਸ ਵੇਲੇ ਬਾਲਬਾਲ ਬਚੀ ਜਦੋਂ ਹਵਾ ਵਿੱਚ ਉੱਡ ਰਹੇ ਇੱਕ ਜਹਾਜ਼ ਤੇ ਉਸ ਦੇ ਉੱਪਰ ਉੱਡਦੇ ਦੂਜੇ ਜਹਾਜ਼ ਤੋਂ ਬਰਫ਼ ਦਾ ਟੁਕੜਾ ਟਕ ਗਿਆ। ਬਰਫ਼ ਦੇ ਟੁਕੜੇ ਦੀ ਟੱਕਰ ਨਾਲ ਬੋਇੰਗ 777 ਜਹਾਜ਼ ਦੀ 2 ਇੰਚ ਮੋਟੀ ਵਿੰਡਸਟਰ ਪੂਰੀ ਤਰ੍ਹਾਂ ਤਬਾਹ ਹੋ ਗਈ। ਦੱਸਿਆ ਜਾ ਰਿਹਾ ਕਿ ਦੂਜਾ ਜਹਾਜ਼ ਕਰੀਬ 1000 ਫੁੱਟ ਦੀ ਉਚਾਈ ਤੇ ਉੱਡ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਜਹਾਜ਼ ਹਵਾ ਵਿੱਚ 35000 ਫੁੱਟ ਦੀ ਉਚਾਈ ਤੇ ਉੱਡ ਰਿਹਾ ਸੀ ਇਹ ਜਹਾਜ਼ 크ਿਸਮਸ ਵਾਲੇ ਦਿਨ ਲੰਡਨ ਦੇ ਗੈਟਵਿਕ ਤੋਂ ਕੋਸਟਕਾਰੀਕਾ ਸੈਨ ਜੋਸੋ ਜਾ ਰਿਹਾ ਸੀ ਜਹਾਜ਼ ਦੇ ਵਿੰਡਸਕਰੀਨ ਬੁਲੇਟ ਪ੍ਰੂਫ ਸ਼ੀਸ਼ੇ ਵਰਗੇ ਹੁੰਦੀ ਹੈ ਇਹ ਸ਼ੀਸ਼ੇ ਉਚਾਈ ਤੇ ਵੀ ਉੱਚ ਦਬਾਹੇ ਟੈਂਡ ਰਹਿੰਦੇ ਨੇ ਹਾਲਾਂਕਿ ਦੁਰਘਟਨਾ ਦਾ ਇਹ ਦੁਰਲਭ ਮਾਮਲਾ ਲੱਖਾਂ ਵਿੱਚੋਂ ਇੱਕ ਹੈ ਇਸ ਮਾਦ ਹਵਾਈ ਹਾਦਸੇ ਤੋਂ ਬਾਅਦ ਭਾਵੇਂ ਸਾਰੇ 200 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਪਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਕਾਫੀ ਦੇਰ ਤੱਕ ਹਵਾਈ ਅੱਡੇ ਤੇ ਫਸੇ ਰਹੇ। ਇਹ ਹਾਦਸਾ ਗ੍ਰਸਤ ਜਹਾਜ਼ ਤੁਰੰਤ ਉਡਾਣ ਨਹੀਂ ਭਰ ਸਕਿਆ ਤੇ ਯਾਤਰੀਆਂ ਦੇ ਅਸਲ ਸਮੇਂ ਤੋਂ 50 ਘੰਟੇ ਦੀ ਦੇਰੀ ਨਾਲ ਉਡਾਣ ਭਰੀ। 에ਅਰਲਾਈਨਾਂ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ 90 ਮਿੰਟ ਬਾਅਦ ਹੀ ਦੁਬਾਰਾ ਉਡਾਣ ਭਰ ਸਕੇਗੀ ਪਰ ਜਹਾਜ਼ ਦੀ ਮੁਰੰਮਤ ਕਰਨ ਵਿੱਚ ਕਾਫੀ ਸਮਾਂ ਲੱਗ ਗਿਆ ਤੇ ਯਾਤਰੀਆਂ ਨੂੰ ਕਈ ਘੰਟੇ ਜਹਾਜ਼ ਦਾ ਇੰਤਜ਼ਾਰ ਕਰਨਾ ਪਿਆ। ਬ੍ਰਿਟਿਸ਼ 에ਅਰਵੇਜ਼ ਨੇ 크리스마ਸ ਖਰਾਬ ਹੋਣ ਦੇ ਬਾਅਦ ਯਾਤਰੀਆਂ ਤੋਂ ਮਾਫੀ ਮੰਗੀ ਹੈ। ਬ੍ਰਿਟਿਸ਼ 에ਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਇਸ ਫਲਾਈਟ ਲਈ ਆਪਣੇ ਗਾਹਕਾਂ ਤੋਂ ਮਾਫੀ ਮੰਗਦੇ ਹਾਂ ਜਿਨ੍ਹਾਂ ਨੇ 크리스마ਸ ਪਲਾਨ ਵਿਅਰਥ ਗਏ। ਅਸੀਂ ਉਦੋਂ ਤੱਕ ਜਹਾਜ਼ ਨਹੀਂ ਉਡਾਵਾਂਗੇ ਜਦੋਂ ਤੱਕ ਸਾਨੂੰ ਯਕੀਨ ਨਹੀਂ ਹੁੰਦਾ ਕਿ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਯਾਤਰੀਆਂ ਦੇ ਸਬਰ ਦੀ ਸ਼ਲਾਘਾ ਕਰਦੇ ਹਾਂ। ਇਜ਼ਰਾਈਲ ਨੇ ਭੂਮੱਧ ਸਾਗਰ ਤੋਂ ਤੜਕੇ ਸੀਰੀਆ ਦੀ ਲਤਾਕੀਆ ਬੰਦਰਗਾਹ ਤੇ ਮਜ਼ਾਇਲਾ ਦਾਗੀਆਂ ਜਿਸ ਨਾਲ ਇੱਕ ਕੰਟੇਨਰ ਟਰਮੀਨਲ ਵਿੱਚ ਅੱਗ ਲੱਗ ਗਈ ਸੀਰੀਆ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ ਦਸੰਬਰ ਵਿੱਚ ਇਹ ਅਹਿਮ ਬੰਦਰਗਾਹ ਤੇ ਅਜਿਹਾ ਦੂਜਾ ਹਮਲਾ ਹੈ ਇਸ ਬੰਦਰਗਾਹ ਤੇ ਸੀਰੀਆ ਲਈ ਜ਼ਿਆਦਾਤਰ درآمد ਕੀਤੇ ਜਾਣ ਵਾਲਾ ਸਮਾਨ ਆਉਂਦਾ ਹੈ ਸਰਕਾਰੀ ਖਬਰ ਏਜੰਸੀ ਸਨਾ ਨੇ ਇੱਕ ਫੌਜੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਲਤਾਕੀਆ ਦੇ ਪੱਛਮ ਚ ਦਾਗੀਆਂ ਹੋਈਆਂ ਇਜ਼ਰਾਈਲੀ ਮਜ਼ਾਈਲਾ ਨੇ ਬੰਦਰ ਕਾਦੇ 컨ਟੇਨਰ টারਮਨਲ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ টারਮਨਲ ਨੂੰ ਅੱਗ ਲੱਗ ਗਈ ਤੇ ਕਾਫੀ ਨੁਕਸਾਨ ਹੋਇਆ ਅਧਿਕਾਰੀ ਨੇ ਕਿਹਾ ਕਿ ਹਮਲੇ ਤੋਂ ਬਾਅਦ ਤਕਰੀਬਨ 1 ਘੰਟੇ ਤੱਕ ਫਾਇਰ ਬਰਗੇਡ ਦੇ ਮੁਲਾਜ਼ਮ ਅੱਗ ਬੁਝਾਉਣ ਲਈ ਮੁਸ਼ਕਲ ਕਰਦੇ ਰਹੇ ਮੀਡੀਆ ਵੱਲੋਂ ਨਸ਼ਰ ਕੀਤੀਆਂ ਗਈਆਂ ਵੀਡੀਓਜ਼ ਵਿੱਚ ਅੱਗ ਦੀਆਂ ਲਪਟਾਂ ਤੇ ਧੂਆ ਉੱਠਦਾ ਦਿਖਾਈ ਦੇ ਰਿਹਾ ਸੀ ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ਨਾਲ ਬੰਦਰਗਾਹ ਦੇ ਨੇੜੇ ਰਿਹਾਇਸ਼ ਇਮਾਰਤਾਂ, ਇੱਕ ਹਸਪਤਾਲ, ਦੁਕਾਨਾਂ ਤੇ ਕੁਝ ਸਹਿਰ ਸਪਾਟੇ ਵਾਲੀਆਂ ਥਾਵਾਂ ਨੂੰ ਵੀ ਨੁਕਸਾਨ ਪਹੁੰਚਾ ਹੈ। ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਅਜਿਹਾ ਇਹ ਹਮਲਾ ਲੰਗੇ 7 ਦਸੰਬਰ ਨੂੰ ਹੋਇਆ ਜਦੋਂ ਇਜ਼ਰਾਈਲ ਦੇ ਜੰਗੀ ਜਹਾਜ਼ਾਂ ਦੇ ਕੰਟੇਨਰ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਸੀ। ਕਤਲ ਅਤੇ ਸਿੰਘਾਂ ਤੋਂ ਪਰੇਸ਼ਾਨ ਹੋ ਕੇ ਅਫਗਾਨਿਸਤਾਨ ਦੀਆਂ ਸੈਂਕੜੇ ਔਰਤਾਂ ਨੇ ਮੰਗਲਵਾਰ ਨੂੰ ਰਾਸ਼ਤਾਨੇ ਕਾਬਲ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉੱਥੇ ਤਾਲਿਬਾਨ ਨੇ ਉਹਨਾਂ ਦੇ ਪ੍ਰਦਰਸ਼ਨ ਨੂੰ ਨਾਕਾਮ ਕਰਨ ਲਈ ਗੋਲੇ ਦਾਗੇ ਜਿਸ ਵਿੱਚ ਕਈ ਔਰਤਾਂ ਗੰਭੀਰ ਤੌਰ ਤੇ ਜ਼ਖਮੀ ਹੋ ਗਈਆਂ। ਔਰਤਾਂ ਨੇ ਇਸ ਤਰ੍ਹਾਂ ਆਪਣੇ ਉੱਪਰ ਲਗਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਲਈ ਆਵਾਜ਼ ਵੀ ਬੁਲੰਦ ਕੀਤੀ ਹੈ। ਪ੍ਰਦਰਸ਼ਨਕਾਰੀ ਔਰਤਾਂ ਨੇ ਪਿਛਲੀ ਸਰਕਾਰ ਵੱਲੋਂ ਨਿਯੁਕਤ ਸੁਰੱਖਿਆ ਬਲਾਂ ਦੇ ਮੈਂਬਰਾਂ ਦੇ ਤਾਲਿਬਾਨ ਵੱਲੋਂ ਕੀਤੇ ਜਾ ਰਹੇ ਕਤਲਾਂ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਇਆ। ਨਾਲ ਹੀ ਉਹਨਾਂ ਨੇ ਸਮਾਨਤਾ ਤੇ ਨਿਆਂ ਦੀ ਮੰਗ ਕਰਦੇ ਹੋਏ ਨਾਰੇ ਵੀ ਲਗਾਏ ਤੇ ਦਾਵਾ ਕੀਤਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਇਸਲਾਮਵਾਦੀਆਂ ਵੱਲੋਂ ਐਲਾਨੇ ਸਾਰੇ ਸਾਬਕਾ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਲਈ ਮੁਆਫੇ ਸਰਫ ਇੱਕ ਵੱਡਾ ਛੂਟ ਸੀ ਔਰਤਾਂ ਨੇ ਮੰਤਰਾਲਾ ਵੱਲ ਮਾਰਚ ਕੀਤਾ ਜੋ ਤਾਲਿਬਾਨ ਵੱਲੋਂ ਵਿਆਖਿਆ ਕੀਤੇ ਗਏ ਇਸਲਾਮੀ ਕਾਨੂੰਨ ਨੂੰ ਲਾਗੂ ਕਰਦਾ ਹੈ ਤਾਲਿਬਾਨ ਨੇ ਔਰਤਾਂ ਨੂੰ ਹਜਾਬ ਤੋਂ ਬਿਨਾ ਟੀਵੀ ਪ੍ਰਸਾਰਣ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਅਫਗਾਨ ਮੀਡੀਆ ਨੂੰ ਸ਼ਰੀਆ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਵਿਦੇਸ਼ੀ ਟੀਵੀ ਸੀਰੀਜ਼ ਨੂੰ ਪ੍ਰਸਾਰਤ ਕਰਨ ਤੇ ਵੀ પ્રતિਬੰਧਤਾ ਹੈ ਇੱਥੋਂ ਤੱਕ ਕਿ ਔਰਤਾਂ ਬਿਨਾ ਹਜਾਬ ਸਾਊਂਡ ਟਰੈਕ ਵੀ ਨਹੀਂ ਵਜਾ ਸਕਣਗੀਆਂ ਮੈਲਾ ਪੱਤਰਕਾਰਾਂ ਤੋਂ ਵੀ ਡਰੈਸ ਕੋਡ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ ਹਰਿਆਣਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਵੈਕਸੀਨ ਦੇ ਦੋਵੇਂ ਡੋਜ਼ ਨਹੀਂ ਲਗਵਾਉਣ ਵਾਲਿਆਂ ਲਈ ਜਨਤਕ ਥਾਵਾਂ ਤੇ ਜਾਣ ਦੀ ਪਾਬੰਦੀ ਲਗਾ ਦਿੱਤੀ ਹੈ 15 ਜਨਵਰੀ ਤੋਂ ਵੈਕਸੀਨ ਦੀ ਦੋਵੇਂ ਡੋਜ਼ ਨਾ ਲੈਣ ਵਾਲੇ ਹੁਣ ਜਨਤਕ ਥਾਵਾਂ ਤੇ ਨਹੀਂ ਜਾ ਸਕਣਗੇ ਪੰਜਾਬ ਸਰਕਾਰ ਨੇ ਇਸ ਬਾਰੇ ਵਿੱਚ ਗਾਈਡਲਾਈਨ ਜਾਰੀ ਕੀਤੀਆਂ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਪੱਤਰ ਜਾਰੀ ਕੀਤਾ ਹੈ ਇਹ ਪੱਤਰ ਰਾਜ ਦੇ ਅੰਦਰ 15 ਜਨਵਰੀ ਤੋਂ ਕੋਵਿਡ-19 ਨੂੰ ਲੈ ਕੇ ਨਵੀਆਂ ਪਾਬੰਦੀਆਂ ਦੀ ਜਾਣਕਾਰੀ ਦਿੱਤੀ ਗਈ ਹੈ 15 ਜਨਵਰੀ ਤੋਂ ਧਾਰਮਿਕ ਥਾਵਾਂ ਸਮਾਰੋਹ ਬਾਜ਼ਾਰ ਸਬਜ਼ੀ ਮੰਡੀ ਬੈਂਕ ਹੋਟਲ 바 ਰੈਸਟੋਰੈਂਟ ਮਾਲ ਸ਼ਾਪਿੰਗ ਕੰਪਲੈਕਸ ਸਿਨੇਮਾ ਹਾਲ ਆਦਿ ਵਿੱਚ ਜਾਂ ਉਹੀ ਸਕਣਗੇ ਜਿਨ੍ਹਾਂ ਨੇ ਦੋਵੇਂ ਵੈਕਸੀਨ ਲਗਾਈ ਹੈ ਇਹ ਨਿਯਮ ਮੁਕਤ ਤੌਰ ਤੇ ਸੰਸਥਾਨਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਹੋਰਾਂ ਲਈ ਵੀ ਹਨ ਸਰਕਾਰੀ ਦਫ਼ਤਰਾਂ ਵਿੱਚ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ ਹਾਲਾਂਕਿ ਉਹਨਾਂ ਲੋਕਾਂ ਨੂੰ ਛੋਟ ਮਿਲੇਗੀ ਜਿਨ੍ਹਾਂ ਸਿਹਤ ਕਾਰਨਾਂ ਕਰਕੇ ਵੈਕਸੀਨ ਨਹੀਂ ਲੱਗੀ ਜਿਨ੍ਹਾਂ ਨੇ ਵੈਕਸੀਨ ਦੇ ਦੋਵੇਂ ਖੁਰਾਕਾ ਲਈਆਂ ਹੋਣਗੀਆਂ ਇਸ ਦੇ ਲਈ ਪ੍ਰਮਾਣ ਪੱਤਰ ਦਿਖਾਉਣਾ ਹੋਵੇਗਾ smartphone ਨਾ ਹੋਣ ਤੇ ਟੀਕਾ ਕਰਨ ਦਾ ਪ੍ਰਮਾਣ ਡਾਊਨਲੋਡ ਕਰਨ ਵਿੱਚ ਅਸਮਰਥਾਂਤਾ ਕੋਵਿਡ ਪੋਰਟਲ ਤੇ ਆਏ ਮੈਸੇਜ ਨੂੰ ਦਿਖਾਉਣਾ ਹੋਵੇਗਾ ਜਿਸ ਦੇ ਆਧਾਰ ਤੇ ਰੋਗਿਆ ਸੇਤੂ ਐਪ ਰਾਹੀਂ ਉਸਦੀ ਪ੍ਰਸਰੋਸਯੁਗਤਾ ਜਾਂਚ ਹੋਏਗੀ ਪੰਜਾਬ ਦੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਦਿੱਤੇ ਪ੍ਰੋਸੇ ਤੋਂ ਬਾਅਦ ਰੇਲ ਟ੍ਰੈਕ ਖਾਲੀ ਕਰ ਦਿੱਤੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ 4 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਕਈ ਟ੍ਰੇਨਾਂ ਰਵਾਨਾ ਹੋਈਆਂ ਦੂਜੇ ਪਾਸੇ ਕੁਝ ਟ੍ਰੇਨਾਂ ਨੂੰ ਚੱਲਣ ਵਿੱਚ 2 ਤੋਂ 3 ਦਿਨ ਲੱਗ ਸਕਦੇ ਨੇ ਰੇਲਵੇ ਟ੍ਰੈਕ ਖਾਲੀ ਹੋਣ ਤੋਂ ਬਾਅਦ ਉਤਰੀ ਰੇਲਵੇ ਦੀ ਟੀਮ ਨੇ ਸੁਰੱਖਿਆ ਜਾਂਚ ਮੰਗਲਵਾਰ ਸ਼ਾਮ ਨੂੰ ਪੂਰੀ ਕਰ ਲਈ ਸੀ ਜਿਸ ਤੋਂ ਬਾਅਦ ਕੁਝ ਟ੍ਰੇਨਾਂ ਥੋੜੇ ਸਮੇਂ ਲਈ ਚੱਲ ਰਹੀਆਂ ਸਨ ਮੰਗਲਵਾਰ ਰਾਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚ ਗਈਆਂ ਉੱਥੇ ਅੱਜ ਸਵੇਰੇ ਅੰਮ੍ਰਿਤਸਰ ਨਵੀਂ ਦਿੱਲੀ ਸ਼ਤਾਪਦੀ ਨੇ ਅੰਮ੍ਰਿਤਸਰ ਤੋਂ ਆਪਣੇ ਸਮੇਂ ਮੁਤਾਬਕ ਰਫ਼ਤਾਰ ਫੜੀ ਪਰ 6 ਟ੍ਰੇਨਾਂ ਅਜਾਈਆਂ ਨੇ ਜਿਨ੍ਹਾਂ ਨੂੰ ਪਟੜੀ ਤੇ ਆਉਣ 'ਚ ਕੁਝ ਦਿਨ ਲੱਗਣਗੇ ਪੰਜਾਬ ਹਰਿਆਣਾ ਵਿੱਚ ਲੋਕਾਂ ਨੂੰ ਅਜੇ ਹੋਰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਗੁਜਰਾਤਾਂ ਵਿੱਚ ਹਫਤੇ ਦੇ ਅੰਤ ਤੱਕ ਠੰਡ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਅਗਲੇ 2 ਦਿਨ ਤੱਕ ਮੀਂਹ ਅਤੇ ਗੜੇ ਪੈਣ ਦੇ ਅਸਰ ਨੇ 31 ਦਸੰਬਰ 2 ਜਨਵਰੀ ਦੌਰਾਨ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਠੰਡ ਲਹਿਰ ਚੱਲਣ ਦੀ ਸੰਭਾਵਨਾ ਹੈ ਉੱਤਰੀ ਰਾਜਸਥਾਨ ਵਿੱਚ ਵੀ 1 ਤੇ 2 ਜਨਵਰੀ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿ ਸਕਦੇ ਨੇ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਵਿੱਚ ਰਾਤ ਤੇ ਸਵੇਰ ਵੇਲੇ ਸੰਘਣੀ ਧੁੰਦ ਪੈ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਬਿਹਾਰ ਵਿੱਚ 29 ਅਤੇ 30 ਦਸੰਬਰ ਨੂੰ ਦਿਨ ਵੇਲੇ ਠੰਡ ਵੱਧ ਰਹਿ ਸਕਦੀ ਹੈ। ਇਸ ਦੌਰਾਨ ਮੱਧ ਪ੍ਰਦੇਸ਼, ਛੱਤੀਗੜ੍ਹ ਵਿੱਚ ਵੀ 30 ਅਤੇ 31 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੇ ਅਸਰ ਬਣੇ ਹੋਏ ਨੇ 28 ਅਤੇ 29 ਤਰੀਕ ਨੂੰ ਪੂਰਬੀ ਮੱਧ ਪ੍ਰਦੇਸ਼, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਖ-ਵੱਖ ਥਾਵਾਂ 'ਤੇ 28 ਦਸੰਬਰ ਨੂੰ ਪੱਛਮੀ ਐਮਪੀ ਵਿਦਰ, ਝਾਰਖੰਡ ਆਦਿ ਜਗ੍ਹਾ 'ਤੇ ਠੰਡ ਪੈਣ ਦੀ ਸੰਭਾਵਨਾ ਹੈ ਕਿ ਜਗ੍ਹਾ ਤੇ ਬਿਜਲੀ ਵੀ ਰਲਿ ਸਕਦੀ ਹੈ ਅਤੇ ਗੜੇ ਪੈ ਸਕਦੇ ਨੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦਿੱਲੀ ਵਿੱਚ ਪਾਰਾ 1 ਡਿਗਰੀ ਹੇਠਾਂ ਡਿੱਗਿਆ ਤੇ ਕੱਟੂਕਟ ਤਾਪਮਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਬਾਣ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਸੀਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ